पंजाब के होशियारपुर के तहत पड़ते मुकेरिया निवासियों को गर्मियों के मौसम में पीने के पानी की समस्या से दो चार होना नहीं पड़ेगा। इसके लिए विधायक इंदु बाला द्वारा लगभग 1.5 करोड़ रुपए की लागत से तैयार होने वाली जल सप्लाई योजना का शिलान्यास किया। बता दें कि गर्मियों का मौसम शुरू होते ही पीने के पानी की कमी के चलते क्षेत्रवासियों को विभिन्न समस्याओं से दो चार होना पड़ता था। इस मौके पर विधायिका इंदु बाला ने कहा कि विधानसभा चुनावों के दौरान मतदाताओं से किए हर वादे को पूरा करना उनकी प्राथमिकताओं में शुमार है और एक एक कर हर वादे को पूरा करने का प्रयास किया जा रहा है। उन्होंने कहा कि गर्मियों का मौसम शुरू होते ही लोग पीने के पानी को त्राही त्राही कर उठे थे, लेकिन इस योजना के शुरू होते ही यह समस्या हमेशा के लिए समाप्त हो जाएगी। सुने क्या कहा विधायिका इंदु बाला ने। चक्काला बख्श दे विच आया वाटर सप्लाई दा उद्घाटन किया। हां जी, हां जी। की कहना चाहते हैं? मैं बहुत खुशी हो रही है क्योंकि मैं वार्ड नंबर 12 दे विच चक्काला बख्श विच मैं वादा करके गई सी भी साडा जेड़ा कैंडिडेट खड़ा किया तुसी इहनू जिताओ ते मैं वाटर सप्लाई जरूर तुहाडे मतलब कि जेड़े इत्थे लैके आवांगी और मैं अपना वादा पूरा कर दिता। अज जिहड़ी वाटर सप्लाई दी जिहदी लागत देखी जाइए 1.4 करोड़ रुपया लग्या और जिहड़ा बोर है यही 30 लाख रुपया 35,000 रुपया इहदे ते लग जाना और गर्मियां आ रही मैं पानी की बड़ी किल्लत हैगी है ते मेरे हिसाब दे नाल वाटर सप्लाई जदों लग जाएगी लोगों नूं सहूलत मिल जाएगी पानी की। ਅੱਜ ਤੁਹਾਡੇ ਇੱਥੇ MC ਬਣੇ ਆ ਸ਼ੇਰ ਸਿੰਘ ਦੀ, ਉਹਨਾਂ ਦੀ ਤੁਸੀਂ ਬੜੀ ਹੈਲਪ ਕੀਤੀ ਹੈ। ਇੱਕ ਤੁਸੀਂ ਉਹਨਾਂ ਨੂੰ ਇੱਕ ਹੋਰ ਵੀ ਦਿੱਤਾ ਜਿਹੜਾ ਲਾਈਟਾਂ ਦਾ ਵੀ ਦਿੱਤਾ ਚੱਕ ਲਵ ਕੀ ਉਹ ਵੀ ਕਹਿਣਾ ਚਾਹੁੰਦੇ? ਲਾਈਟਾਂ ਦਿੱਤੀਆਂ ਉਹ ਵੀ ਬਹੁਤ LED ਲਾਈਟਸ ਦਿੱਤੀਆਂ ਹੈਗੀਆਂ ਇਹਨਾਂ ਨੂੰ। ਇਹ ਵੀ ਜ਼ਰੂਰਤ ਸੀਗੀ ਇਸ ਵਾਰ ਦੀ ਕਿਉਂਕਿ 20 ਸਾਲ ਪਹਿਲਾਂ ਤਾਂ ਇਕੱਲੀ ਇੱਥੇ MC ਬਣਦਾ ਰਿਹਾ ਅਤੇ ਉਹ ਕੰਮ ਨਹੀਂ ਕੋਈ ਬਹੁਤੇ ਹੋਏ ਹੈਗੇ ਅਤੇ ਹੁਣ ਸਾਡਾ MC ਬਣਿਆ ਵਾ, ਸਾਡੀ ਸਰਕਾਰ ਆ, ਅਸੀਂ ਵੱਧ ਤੋਂ ਵੱਧ ਕੰਮ ਕਰਾ ਰਹੇ ਹਾਂ। ਹਾਂਜੀ, ਬਾਕੀ ਜਿੰਨੇ ਵੀ ਸਾਡੇ MC ਆ ਜਿਨ੍ਹਾਂ ਦਾ ਵੀ ਕੰਮ ਰਹਿੰਦਾ ਅਸੀਂ ਸਾਰੇ ਕੰਮ ਕਰਵਾਵਾਂਗੇ। ਸਾਡੇ ਬਾਗੋਵਾਲ ਵਿੱਚ ਵੀ ਅਸੀਂ ਸੀਵਰੇਜ ਪਾਉਣਾ ਵਾ, ਉਹ ਵੀ ਡਿਊ ਹੈਗਾ, ਉਹ ਵੀ ਥੋੜ੍ਹੇ ਦਿਨਾਂ ਤੱਕ ਉਹ ਵੀ ਅਸੀਂ ਸ਼ੁਰੂ ਕਰ ਦੇਣਾ ਕੰਮ। ਜਿਸ ਤਰ੍ਹਾਂ ਅੱਜ ਇੱਥੇ ਵਾਟਰ ਸਪਲਾਈ ਸ਼ੁਰੂ ਕੀਤਾ, ਸੀਵਰੇਜ ਦਾ ਵੀ ਉੱਧਰ ਸ਼ੁਰੂ ਕਰ ਦੇਣਾ, ਬਾਗੋਵਾਲ ਵੀ ਸ਼ੁਰੂ ਕਰ ਦੇਣਾ ਹੈਗਾ ਔਰ ਜਿੰਨੇ ਵੀ ਸਾਡੇ MC ਡਿਮਾਂਡ ਕਰਨਗੇ ਅਸੀਂ ਉਹ ਸਾਰੇ ਕੰਮ ਕਰਵਾਵਾਂਗੇ ਮੈਂ। ਹਾਂਜੀ, CM ਸਾਹਿਬ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਜਦੋਂ ਵੀ ਸਾਨੂੰ ਮੈਨੂੰ ਜ਼ਰੂਰਤ ਪੈਂਦੀ ਹੈ ਮੈਂ ਉਹਨਾਂ ਦੇ ਕੋਲ ਜਾਂਦੀ ਹਾਂ ਅਤੇ ਉਹਨਾਂ ਦੇ ਕੋਲ ਆਪਣੀਆਂ ਡਿਮਾਂਡਾਂ ਰੱਖਦੀ ਹਾਂ, ਮੇਰੀਆਂ ਡਿਮਾਂਡਾਂ ਪੂਰੀਆਂ ਕਰਦੇ ਹੈ ਔਰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਉਹਨਾਂ ਦੇ ਬਦੌਲਤ ਅੱਜ ਜਿਹੜਾ ਵਾ ਸਭ ਕੁਝ ਹੋ ਰਿਹਾ। ਇਸ ਮੌਕੇ ਪਰ ਪਾਰਸ਼ਦ ਸ਼ਮਸ਼ੇਰ ਸਿੰਘ ਸ਼ੇਰਾ ਨੇ ਬਤਾਇਆ ਕਿ ਵਾਰਡ ਨੰਬਰ 12 ਮੇ ਸ਼ੁਰੂ ਹੋਈ ਜਲ ਸਪਲਾਈ ਯੋਜਨਾ ਸੇ ਜਹਾਂ ਸ਼ਹਿਰ ਵਾਸੀਓਂ ਕੋ ਪੀਨੇ ਕਾ ਪਾਣੀ ਸਾਫ਼ ਉਪਲਬਧ ਹੋਗਾ ਔਰ ਖੇਤਰ ਕੀ ਅਨਿਆ ਸਮੱਸਿਆਓਂ ਕੋ ਵੀ ਦੂਰ ਕੀਆ ਜਾਏਗਾ। ਸੁਨੇ ਕਿਆ ਕਹਾ ਪਾਰਸ਼ਦ ਸ਼ਮਸ਼ੇਰ ਸਿੰਘ ਸ਼ੇਰਾ ਨੇ। ਮੈਂ ਸ਼ੇਰ ਸਿੰਘ, ਵਾਰਡ ਨੰਬਰ 12 ਤੋਂ ਕਾਂਗਰਸ ਦਾ ਪ੍ਰਤੀਨਿਧੀ ਹੈ। ਮੈਂ MC ਬਹੁਤ ਵੱਡੀ ਲੀਡ ਨਾਲ ਜਿੱਤ ਕੇ MLA ਸਾਹਿਬ ਦੇ ਸਦਕਾ ਇੱਥੇ ਆਇਆ। ਮੈਂ MLA ਸਾਹਿਬ ਨੂੰ ਜਿੱਦਣ ਇਲੈਕਸ਼ਨ ਲੜਨਾ ਸੀ ਉਦਣ ਹੀ ਡਿਮਾਂਡ ਕੀਤੀ ਸੀ ਵੀ MLA ਸਾਹਿਬ ਸਾਡੇ ਵਾਰਡ ਸਭ ਤੋਂ ਪਿਛੜਿਆ ਹੋਇਆ ਵਾਰਡ, ਇਹਦੇ ਵਿੱਚ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਆ, ਇਹਦੇ 'ਚ ਸ਼ੂਗਰ ਮਿਲ ਲਾਗੇ ਹੋਣ ਕਰਕੇ ਸਾਡੇ ਪਿੰਡ ਦਾ ਪਾਣੀ ਬਹੁਤ ਜ਼ਿਆਦਾ ਗੰਦਾ ਹੋ ਚੁੱਕਿਆ। ਇੱਕ ਪਾਣੀ ਦੇ ਨਿਕਾਸ ਦੀ ਪ੍ਰੋਬਲਮ ਆ, ਸੀਵਰੇਜ ਦੀ ਪ੍ਰੋਬਲਮ ਆ, ਇਹ 2-3 ਪ੍ਰੋਬਲਮਾਂ MLA ਸਾਹਿਬ ਨੂੰ ਦੱਸੀਆਂ ਸੀ। ਇਹਨਾਂ ਨੇ ਫੌਰਨ ਮਤਲਬ ਮੇਰੀ ਗੱਲ ਮੰਨਦੇ ਹੋਏ ਇੱਕ ਇੱਕ ਚੀਜ਼ ਦਾ 1.4 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਵਾਟਰ ਸਪਲਾਈ ਦਾ, ਸਭ ਤੋਂ ਪਹਿਲਾਂ ਇਹਨਾਂ ਨੇ ਇਹ ਜ਼ਰੂਰੀ ਸਮਝਿਆ ਵੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਆ, ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਪਾਣੀ ਸਾਡੇ ਚੱਕ ਵਾਲਾ ਬਖਸ਼ ਦਾ, ਅਤੇ ਇਹਨਾਂ ਨੇ ਇਹ ਮੈਨੂੰ 1.4 ਕਰੋੜ ਰੁਪਏ ਦੀ ਸੁਗਾਤ ਜਿਹੜੀ ਆ ਇਹ ਚੰਡੀਗੜ੍ਹ ਤੋਂ ਦੁਬਾਰਾ ਸਾਡੀ ਫਾਈਲ ਰੀਓਪਨ ਕਰਾ ਕੇ ਅਤੇ ਪਾਸ ਕਰਵਾ ਕੇ ਦਿੱਤੀ ਹੈ। ਅਤੇ ਸਾਡੇ 'ਚ LED ਲਾਈਟਾਂ ਵੀ ਇਹਨਾਂ ਨੇ 36 ਲੱਖ ਦੀਆਂ LED ਲਾਈਟਾਂ ਮਾਤਾ ਰਾਣੀ ਚੌਂਕ ਤੋਂ ਚੱਕ ਵਾਲਾ ਬਖਸ਼ ਤੱਕ ਹੀ ਲੱਗੀਆਂ ਨੇ ਜਿਹੜੀਆਂ ਮੇਰੇ ਵਾਰਡ ਨੂੰ ਇਕੱਲੇ ਨੂੰ ਦਿੱਤੀਆਂ ਨੇ, ਅਤੇ ਗਲੀਆਂ ਲਈ ਵੀ ਸਾਡੇ 1 ਕਰੋੜ ਰੁਪਏ ਤੋਂ ਵੱਧ ਸਾਡੀ ਜਿਹੜੀ ਆ ਉਹ ਲਾਗਤ ਹੁਣ ਤੱਕ ਆ ਚੁੱਕੀ ਹੈ, ਜਿਹੜੇ ਟੈਂਡਰ ਹੋ ਚੁੱਕੇ ਆ ਔਰ ਚੱਲਣ ਦੇ ਆ। ਇਹਨਾਂ ਨੇ ਸਾਡੇ ਨਾਲ ਵਾਅਦਾ ਵੀ ਕੀਤਾ ਵੀ ਜਿਹੜਾ ਸੀਵਰੇਜ ਦਾ ਕੰਮ ਆ ਉਹ ਵੀ ਜਲਦੀ ਤੋਂ ਜਲਦੀ ਮਤਲਬ ਸਾਨੂੰ ਮਨਜ਼ੂਰ ਕਰਵਾ ਕੇ ਦੇਣਗੇ। ਮੈਂ ਇਹਨਾਂ ਦਾ ਇੱਥੇ ਆਇਆ ਅਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ, ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕਰਨ ਦੇ ਆ ਔਰ ਅੱਗੇ ਤੋਂ ਵੀ ਕਰਨਗੇ ਸਾਰੇ। ਮੈਂ ਪਹਿਲੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਐਡੀ ਵੱਡੀ ਲੀਡ ਨਾਲ ਮੈਨੂੰ ਜਿਤਾਇਆ ਅਤੇ ਮੇਰਾ ਸਾਥ ਦਿੱਤਾ, ਅਤੇ ਮੈਂ ਇਹਨਾਂ ਦੀਆਂ ਸਾਰੀਆਂ ਉਮੀਦਾਂ 'ਤੇ ਕੋਸ਼ਿਸ਼ ਕਰਾਂਗਾ ਵੀ ਖਰਾ ਉਤਰਾ। ਜੇ ਅਸੀਂ ਗੱਲ ਕਰੀਏ ਤਾਂ ਕੀ ਕਹਿੰਦੇ ਕਾਂਗਰਸ ਦੇ 20 ਸਾਲਾਂ ਬਾਅਦ ਇੱਥੇ MC ਬਣਿਆ ਅਤੇ ਉਹ ਕੀ ਕਹਿੰਦੇ ਆਪਣੇ ਕੀ MC ਪੂਰੇ ਕੀ ਕਹਿੰਦੇ ਮੁਕੰਮਲ ਆਏ ਅਤੇ ਕੀ ਕਹਿਣਾ ਚਾਹੁੰਦੇ? ਮੁਕੰਮਲ MC ਤਾਂ ਚਲੋ ਇਸ ਵਾਰੀ ਅਸੀਂ ਆਏ 5 ਦੇ ਨਿਸ਼ਾਨ 'ਤੇ, ਪਰ ਪਿਛਲੀ ਵਾਰ ਵੀ ਮੈਂ ਦੱਸਣਾ ਚਾਹਾਂਗਾ ਕਿ ਵੀ ਇੱਥੇ ਭਾਵੇਂ ਉਹ ਆਜ਼ਾਦ ਤੌਰ 'ਤੇ ਸੀ ਪਰ ਸਾਡੇ ਹੀ MC ਸੀਗੇ ਸਰਦਾਰ ਬਰਿਆਮ ਸਿੰਘ ਜੀ।
हाँ हूँ असी मतलब मेजोरिटी फुल च पंजे के निशान से आए हैं। पहला भी जो पिछली बार भी साडा असी अकाली दल का मुकाबला किया तो अकाली दल हराया, इस बार भी साडा मुकाबला अकाली दल ना होया तो बहुत वड्डी लीड ना ही जितते हैं तो बहुत वड्डे फर्क ना उन्होंने हराया। सारे पिंड का मैं नगर वासियों का इतने आया तो बहुत बहुत धन्यवाद करता। वाहेगुरु जी का खालसा वाहेगुरु जी की। सिटी हलचल के लिए मुकेरिया से सुखविंदर सिंह मेहरा की रिपोर्ट। वसीम गारमेंट मेन मार्केट वाली दुकान बदलकर अब नंगल भाकड़ा मुख्य मार्ग पर खुल गई है। यहाँ आपको मिलेंगे बच्चों से लेकर लेडीज बच्चांस के एक से बढ़कर एक खूबसूरत डिजाइनों के ब्रांडेड कपड़े, वह भी होलसेल रेट पर। तो जरूर एक बार सेवा का मौका दे, क्योंकि एक बार आओगे तो बार बार आओगे, यह दावा है वसीम गारमेंट्स का। वसीम गारमेंट 82 हिलव्यू एनक्लेव भाकड़ा रोड। संपर्क करें फोन नंबर 94634-95-76-85-560-88-974। सारे नगर निवासी अरदास बेनती करते हैं कि सानू एक बार सेवा का मौका दो और बाजार नालों सस्ते दाम पे हर आइटम मिलेगी। इस कार्यक्रम के प्रायोजक थे बापू गंगादास जी टीवीएस शोरूम कीरतपुर साहेब। यहां से टीवीएस की कोई भी गाड़ी खरीदने पर मिलेंगे 3 आकर्षक उपहार। नकद गाड़ी खरीदने पर 2500 रुपए की छूट, फाइनेंस की सुविधा उपलब्ध, 4300 का भुगतान कर कोई भी गाड़ी ले जाएं अपने घर, 5 साल की इंश्योरेंस, 5 साल की वारंटी और 2 साल तक निःशुल्क सर्विस की सुविधा के साथ और भी कई लाभ पाएं। यह मौका हाथ से न जाने दें और पहुंचे टीवीएस गाड़ी खरीदने के लिए टीवीएस शोरूम बापू गंगादास जी कीरतपुर साहेब।